ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਇੱਕ ਪਿੰਡ ਵਿੱਚ ਗਏ ਉਹ ਪਿੰਡ ਠੱਗਾਂ ਦਾ ਪਿੰਡ ਸੀ ਪੂਰਾ ਪੁਰਾਣੇ ਸਮਿਆਂ ਦੇ ਵਿੱਚ ਕੁਝ ਜਿਹੜੇ ਪਿੰਡ ਸਨ ਉਹ ਪੂਰੇ ਦੇ ਪੂਰੇ ਠੱਗਾਂ ਦੇ ਹੋਇਆ ਕਰਦੇ ਸਨ ਉਹਨਾਂ ਠੱਗਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਵਲ ਵੇਖਿਆ ਤੇ ਸੋਚਿਆ ਕਿ ਇਹ ਕੋਈ ਧਨਵਾਨ ਵਿਅਕਤੀ ਲੱਗਦੇ ਨੇ ਮੁਖ ਤੇ ਤੇਜ ਬੜਾ ਹੈ ਜਦੋਂ ਮਹਾਰਾਜ ਜੀ ਵੱਲ ਇਹਨਾਂ ਨੇ ਤੱਕਿਆ ਮਹਾਰਾਜ ਜੀ ਨੂੰ ਜਾ ਕੇ ਆਖਿਆ ਕਿ ਅਸੀਂ ਤੁਹਾਡੀ ਸੇਵਾ ਪਾਣੀ ਕਰਨੀ ਹੈ ਤੁਸੀਂ ਰੁਕ ਜਾਓ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀ ਕਹਿੰਦੇ ਪੁਰਖੋ ਠੀਕ ਹੈ ਮਹਾਰਾਜ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਉਸ ਪਿੰਡ ਵਿੱਚ ਰੁਕ ਗਏ ਉਹ ਜਿਹੜੇ ਠੱਗ ਸਨ ਉਹਨਾਂ ਦਾ ਇਹ ਅਸੂਲ ਸੀ ਕਿ ਉਹ ਜਦੋਂ ਕਿਸੇ ਨੂੰ ਲੁੱਟਦੇ ਸਨ ਉਸ ਨੂੰ ਮਾਰ ਦਿੰਦੇ ਸਨ ਤੇ ਠੱਗਾ ਨੇ ਆਖਿਆ ਸਲਾਹ ਕੀਤੀ ਆਪਸ ਵਿੱਚ ਕਿ ਇਸ ਨੂੰ ਰਾਤ ਨੂੰ ਇਹਨਾਂ ਨੂੰ ਰਾਤ ਨੂੰ ਮਾਰ ਕੇ ਤੇ ਇਹਨਾਂ ਦਾ ਸਾਰਾ ਕੰਨ ਲੁੱਟ ਲੈਣਾ ਚਾਹੀਦਾ ਹੈ ਠੱਗਾ ਨੇ ਇੱਕ ਠੱਗ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਰਖਵਾਲੀ ਲਈ ਖਿលਿਆਰ ਦਿੱਤਾ ਖੜਾ ਕਰ ਦਿੱਤਾ ਕਿ ਮਹਾਰਾਜ ਜੀ ਕਦੋਂ ਸੌਂਦੇ ਨੇ ਮਹਾਰਾਜ ਜੀ ਕਿੰਨਾ ਚਿਰ ਹੀ ਸੁੱਤੇ ਨਾ ਇਹ ਠੱਗ ਨੇ ਸੋਚਿਆ ਕੋਈ ਗੱਲ ਨਹੀਂ ਮੈਂ ਸਵੇਰੇ ਇਹਨਾਂ ਤੋਂ ਪਹਿਲਾਂ ਉੱਠ ਕੇ ਇਹਨਾਂ ਨੂੰ ਮਾਰ ਦਿਆਂਗਾ ਠੱਗ ਆਪ ਸੌ ਗਿਆ ਤੇ ਜਦੋਂ ਸਵੇਰੇ ਉੱਠਿਆ ਕਿ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉੱਥੇ ਨਹੀਂ ਸਨ ਪਿੰਡ ਦੇ ਬਾਕੀ ਠੱਗੇ ਇਕੱਠੇ ਹੋ ਕੇ ਆਏ ਤੇ ਕਹਿਣ ਲੱਗੇ ਕਿ ਤੂੰ ਤਾਂ ਸਾਡੇ ਨਾਲ ਧੋਖਾ ਕੀਤਾ ਹੈ ਆਪ ਹੀ ਸਾਰਾ ਧਨ ਹੜਪਣ ਦੀ ਕਰ ਰਿਹਾ ਹੈ ਸਾਨੂੰ ਵੀ ਕੁਝ ਦੇ ਸਾਰੇ ਠੱਗ ਉਸਨੂੰ ਮਾਰਨ ਤੇ ਉਤਾਰੂ ਹੋ ਗਏ ਉਸ ਠੱਗ ਨੇ ਆਖਿਆ ਕਿ ਮੈਂ ਸੱਚ ਬੋਲ ਰਿਹਾ ਹਾਂ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੋਂ ਪਤਾ ਨਹੀਂ ਕਿੱਥੇ ਚਲੇ ਗਏ ਨੇ ਠੱਗਾ ਨੇ ਸੋਚਿਆ ਕਿ ਇਹ ਝੂਠ ਬੋਲ ਰਿਹਾ ਹੈ ਉਸ ਠੱਗ ਨੇ ਜਿਹੜਾ ਉਹਨਾਂ ਨੇ ਪੀਰ ਬਣਾਇਆ ਸੀ ਠੱਗਾ ਦਾ ਉਸ ਨੂੰ ਉਸ ਦੀ ਸੌਂ ਖਾ ਕੇ ਆਖਿਆ ਕਿ ਮੈਂ ਇਸ ਦੀ ਸੌਂ ਖਾਨਾ ਹਾਂ ਮੈਂ ਕੁਝ ਨਹੀਂ ਕੀਤਾ ਫਿਰ ਠੱਗਾ ਨੂੰ ਯਕੀਨ ਹੋਇਆ ਉਹਨਾਂ ਠੱਗਾਂ ਨੇ ਸਲਾਹ ਕੀਤੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਹੁਤੀ ਦੂਰ ਤੇ ਨਹੀਂ ਗਏ ਹੋਣਗੇ ਉਹਨਾਂ ਨੂੰ ਜਾ ਕੇ ਘੇੜ ਕੇ ਤੇ ਉਹਨਾਂ ਨੂੰ ਲੁੱਟ ਲਿਆ ਜਾਵੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜਾ ਰਹੇ ਨੇ ਆ ਠੱਗਾ ਨੇ ਆ ਕੇ ਘੇੜਾ ਪਾਇਆ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਲੁੱਟਣਾ ਹੈ ਅਸੀਂ ਠੱਗ ਹਾਂ ਮਹਾਰਾਜ ਜੀ ਮੁਸਕਰਾ ਪਏ ਕਹਿੰਦੇ ਸਾਡਾ ਪਰ ਸਾਡਾ ਇੱਕ ਉਸੂਲ ਹੈ ਠੱਗ ਕਹਿੰਦੇ ਅਸੀਂ ਕਿਸੇ ਨੂੰ ਮਾਰ ਕੇ ਲੁੱਟਦੇ ਹਾਂ ਜਿਉਂਦਾ ਨਹੀਂ ਛੱਡਦੇ ਗੁਰਨਾਣਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਮਾਰ ਦਿਓ ਪਰ ਫਰੀਰ ਬੜਾ ਕੀਮਤੀ ਹੈ ਇਸ ਨੂੰ ਤੁਸੀਂ ਰੁੱਲਣਾ ਨਹੀਂ ਦੇਣਾ ਇਸ ਦਾ ਸਸਕਾਰ ਕਰ ਦਿਓ ਹੁਣ ਠੱਗ ਕਹਿਣ ਲੱਗੇ ਕਿ ਅਸੀਂ ਅੱਗੇ ਕਿੱਥੋਂ ਲੈ ਆਈਏ ਠੱਗ ਹੈਰਾਨ ਹੋਏ ਕਿ ਅਜੇ ਹਾ ਵੀ ਕੋਈ ਵਿਅਕਤੀ ਹੈ ਜਿਹੜਾ ਮੌਤ ਆਈ ਸੁਣ ਕੇ ਵੀ ਹੱਸਦਾ ਹੈ ਸਤਗੁਰਾਂ ਨੇ ਆਖਿਆ ਕਿੱਥੇ ਧੂਆਂ ਉੱਠ ਰਿਹਾ ਸੀ ਮਹਾਰਾਜ ਜੀ ਨੇ ਉਸ ਧੂਏ ਵੱਲ ਇਸ਼ਾਰਾ ਕਰਕੇ ਆਖਿਆ ਕਿ ਉਹ ਵੇਖੋ ਉੱਥੋਂ ਧੂਆਂ ਉੱਠ ਰਿਹਾ ਹੈ ਉੱਥੋਂ ਜਾ ਕੇ ਅੱਗ ਲਿਆਓ ਅੱਡੇ ਠਾਕੁਰ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀ ਦੇ ਕੋਲ ਗਏ ਤੇ ਅੱਡੇ ਚਲੇ ਗਏ ਧੂਆਂ ਲੈਣ ਜਦੋਂ ਮਹਾਰਾਜ ਜੀ ਦੇ ਕੋਲੋਂ ਜਿਹੜੇ ਠੱਗ ਸਾਨੂੰ ਗਏ ਵੇਖਿਆ ਕਿ ਕਿਸੇ ਦੀ ਚਿਖਾ ਵੱਲ ਰਹੀ ਹੈ ਚਿਖਾ ਵੱਲ ਰਹੀ ਹੈ ਕਿਤੇ ਕੋਈ ਆਤਮਾ ਸਰੂਪ ਉਥੇ ਭੈੰਕਰ ਰੂਪ ਵਾਲੇ ਜਮਦੂਤ ਨੇ ਅਤੇ ਦੂਜੇ ਪਾਸੇ ਸੁੰਦਰ ਰੂਪ ਵਾਲੇ ਜਿਹੜੇ ਨੇ ਉਹ ਦੇਵਦੂਤ ਨੇ ਦੋਵੇਂ ਆਪਸ ਵਿੱਚ ਲੜ ਰਹੇ ਸਨ ਠੱਗਾ ਨੇ ਵੇਖਿਆ ਤੇ ਹੈਰਾਨ ਹੋਏ ਤੇ ਪੁੱਛਿਆ ਤੇ ਕਿ ਤੁਸੀਂ ਕਿਉਂ ਲੜ ਰਹੇ ਹੋ ਜਮਦੂਤਾ ਨੇ ਆਖਿਆ ਕਿ ਇਸ ਬੰਦੇ ਨੇ ਮਾੜੇ ਕੰਮ ਕੀਤੇ ਸਨ ਅਸੀਂ ਇਸ ਨੂੰ ਲੈਣ ਆਏ ਸਾਂ ਤੇ ਦੇਵਦੂਤਾ ਨੇ ਆਖਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦ੍ਰਿਸ਼ਟੀ ਦੇ ਨਾਲ ਇਹਨੇ ਜਿਹੜੇ ਕੰਮ ਕੀਤੇ ਸਨ ਜਿਨੂੰ ਤੁਸੀਂ ਮਾਰਨ ਲੱਗੇ ਹੋ ਸਤਗੁਰ ਸੱਚੇ ਪਾਤਸ਼ਾਹ ਜੀ ਗੁਰਪਰਮੇਸ਼ਰ ਜੀ ਦੀ ਦ੍ਰਿਸ਼ਟੀ ਦੇ ਨਾਲ ਇਹਦੇ ਸਾਰੇ ਪਾਪ ਇਹਦੇ ਧੂਏ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਨਜ਼ਰ ਪਈ ਇਸਦੇ ਸਾਰੇ ਪਾਪ ਹੀ ਜਿਹੜੇ ਨੇ ਉਨਾਸ਼ ਹੋ ਗਏ ਨੇ ਹੁਣ ਅਸੀਂ ਇਸ ਨੂੰ ਸਵਰਗਾਂ ਦੇ ਵਿੱਚ ਲੈ ਕੇ ਜਾਣਾ ਹੈ ਦੇਵਤੇ ਦੇਵਦੂਤ ਜਿਹੜੇ ਸਨ ਉਹ ਉਹਨਾਂ ਨੂੰ ਸਵਰਗ ਉਸ ਆਤਮਾ ਨੂੰ ਸਵਰਗਾਂ ਦੇ ਵਿੱਚ ਲੈ ਗਏ ਤੇ ਠੱਗ ਸੋਚਣ ਲੱਗੇ ਕਿ ਜਿਸ ਅਕਾਲਪੁਰਖ ਸਰੂਪ ਦੇ ਕੇਵਲ ਇੱਕ ਨਜ਼ਰ ਦੇ ਨਾਲ ਵਿਅਕਤੀ ਦੇ ਪਾਪ ਮਿਟ ਜਾਂਦੇ ਨੇ ਤੇ ਸਾਡੇ ਤੇ ਕਿੰਨੇ ਹੀ ਪਾਪ ਨੇ ਉਹਨਾਂ ਜਾ ਕੇ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੇ ਦੇ ਚਰਨ ਫੜ ਲਏ ਤੇ ਕਿਹਾ ਮਹਾਰਾਜ ਜੀ ਬਖਸ਼ ਲੋ ਦੂਜੇ ਠੱਗਾਂ ਨੇ ਪੁੱਛਿਆ ਇਹ ਕੀ ਤੁਸੀਂ ਤਾਂ ਅੱਗ ਲੈਣ ਗਏ ਸੀ ਠੱਗਾਂ ਨੇ ਆਖਿਆ ਉਰੀ ਵਾਰਤਾ ਉਹਨਾਂ ਨੇ ਸੁਣਾਈ ਕਿ ਉੱਥੇ ਉਹ ਕੁਝ ਹੋ ਰਿਹਾ ਹੈ ਹੋ ਰਿਹਾ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਮਹਾਰਾਜ ਜੀ ਨੇ ਆਖਿਆ ਸਾਰੇ ਠੱਗ ਮਹਾਰਾਜ ਜੀ ਦੇ ਚਰਨੀ ਪਏ ਮਹਾਰਾਜ ਜੀ ਨੇ ਆਖਿਆ ਕਿ ਇਹ ਕੰਮ ਛੱਡ ਦਿਓ ਪਾਰ ਉਤਾਰਾ ਤਾਂ ਹੋਏਗਾ ਨਾਮ ਜਪੋ ਤੇ ਕਿਰਤ ਕਰੋ ਤੇ ਲੋੜਵੰਦਾਂ ਦੀ ਸੇਵਾ ਕਰੋ ਪਿਛਲੇ ਓਗਣ ਤੁਹਾਡੇ ਬਖਸ਼ੇ ਗਏ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨੇ ਇਸ ਤਰ੍ਹਾਂ ਠੱਗਾਂ ਦਾ ਪਾਰ ਉਤਾਰਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ